ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾਓ, ਸਾਰੇ ਠੀਕ ਠਾਕ ਜੇ? ਬਾਬਾ ਜੀ ਕਰਨ ਤੁਸੀਂ ਸਾਰੇ ਠੀਕ ਹੋਵੋ। ਅਤੇ ਮੈਨੂੰ ਬਹੁਤ ਮੈਸੇਜ ਕੀਤੇ ਸੀ ਤੁਸੀਂ ਸਾਰਿਆਂ ਨੇ ਕਿ ਆਪਣੀ ਟੀਮ ਨਾਲ ਮਿਲਾਓ ਅਤੇ ਆਪਣੀ ਫੈਮਿਲੀ ਨਾਲ ਵੀ ਮਿਲਾਓ। ਅਤੇ ਮੈਂ ਫਿਲਹਾਲ ਆਪਣੀ ਟੀਮ ਨਾਲ ਮਿਲਾ ਰਹੀ ਹਾਂ ਤੁਹਾਨੂੰ, ਜਿਹੜੇ ਮੇਰੇ ਨਾਲ ਕੰਮ ਕਰ ਰਹੇ ਨੇ, ਮੇਰਾ ਬਹੁਤ ਸਾਥ ਦੇ ਰਹੇ ਨੇ ਅਤੇ ਅਸੀਂ ਇੱਕ ਪਰਿਵਾਰ ਦੀ ਤਰ੍ਹਾਂ ਕੰਮ ਕਰ ਰਹੇ ਹਾਂ। ਅਤੇ ਮੇਰੀ ਮਤਲਬ ਕਿ ਮੈਂ ਵਲੋਗ ਸ਼ੁਰੂ ਕੀਤੇ ਸੀ, ਪਹਿਲੇ ਮੈਂ ਸਟੋਰੀਆਂ ਵੀ ਸ਼ੁਰੂ ਕੀਤੀਆਂ ਸੀ ਅਤੇ ਪਰ ਚਲੋ ਮੇਰੀ ਹੈਲਪ ਕਰਨ ਵਾਲਾ ਕੋਈ ਨਹੀਂ ਸੀ। ਫੈਮਿਲੀ ਅਜੇ ਮੇਰੇ ਨਾਲ ਐਗਰੀ ਨਹੀਂ ਆ ਸਟੋਰੀਆਂ ਬਣਾਉਣ 'ਚ, ਅਤੇ ਉਹਨਾਂ ਦਾ ਆਪਣਾ ਵੀ ਚਲੋ ਕੰਮ ਕੁੰਮ ਆ ਅਤੇ ਨਹੀਂ ਮੰਨਦੇ ਪਏ ਸੀ। ਅਤੇ ਫਿਰ ਮੈਂ ਬਾਹਰ ਮਤਲਬ ਇਹਨਾਂ ਨੂੰ ਆਂਟੀ ਜੀ ਉਹਨਾਂ ਨੂੰ ਮਿਲੀ, ਇਹਨਾਂ ਦੇ ਘਰ ਮੇਰਾ ਬਹੁਤ ਆਉਣ ਜਾਣ ਸੀ। ਇਹ ਜਸਬੀਰ ਆਂਟੀ ਨੇ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਜਸਬੀਰ ਕੌਰ ਹੈ। ਤੁਹਾਨੂੰ ਸ਼ਮੀ ਉਹਨਾਂ ਨੇ ਮੇਰੇ ਬਾਰੇ ਦੱਸਤਾ ਹੋਊਗਾ। ਮੈਂ ਇਹਨਾਂ ਦੇ ਡੇਲੀ ਰੂਟੀਨ ਦੀ ਵੀਡੀਓਜ਼ ਬਹੁਤ ਜ਼ਿਆਦਾ ਲਾਈਕ ਕਰਦੀ ਸੀ, ਮੈਂ ਬਹੁਤ ਜ਼ਿਆਦਾ ਪਸੰਦ ਕਰਦੀ ਸੀ, ਔਰ ਮੇਰੇ ਫਰੈਂਡਸ ਵੀ ਲਾ ਲਓ ਤੁਸੀਂ, ਅਤੇ ਮੇਰੇ ਘਰ ਇਹਨਾਂ ਦਾ ਕਾਫੀ ਅੱਛਾ ਆਉਣਾ ਜਾਣਾ। ਅਤੇ ਇਹਨਾਂ ਨੇ ਮੇਰੇ ਨਾਲ ਗੱਲ ਕੀਤੀ ਕਿ ਆਂਟੀ ਜੀ ਮੈਂ ਸਟੋਰੀਆਂ ਵੀ ਤਿਆਰ ਕਰਨਾ ਚਾਹੁੰਦੀ, ਪਰ ਮੇਰੀ ਫੈਮਿਲੀ ਦਾ ਥੋੜ੍ਹਾ ਸਪੋਰਟ ਨਹੀਂ ਮਿਲਣਾ ਹੈਗਾ, ਹਜੇ ਨਹੀਂ ਮੇਰੀ ਮਤਲਬ ਮੰਨ ਰਹੇ, ਹੋ ਸਕਦਾ ਕੁਛ ਸਮੇਂ ਬਾਅਦ ਮੰਨ ਜਾਣ। ਅਤੇ ਮੈਂ ਇਹਨਾਂ ਨੂੰ ਕਿਹਾ ਕੋਈ ਗੱਲ ਨਹੀਂ, ਫ੍ਰੀ ਹੁੰਦੇ ਆ ਤੁਸੀਂ ਆਪਾਂ ਆਇਓ, ਮੈਂ ਤੁਹਾਡੇ ਨਾਲ ਕੰਮ ਕਰਾਂਗੀ। ਮੈਂ ਆਪਣੀ ਫੈਮਿਲੀ ਨਾਲ ਗੱਲ ਕੀਤੀ ਅਤੇ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ, ਤੁਸੀਂ ਕਰ ਸਕਦੇ ਜੇ ਕੰਮ, ਤੁਸੀਂ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਅਤੇ ਬਸ ਇਸੇ ਤਰ੍ਹਾਂ ਹੀ ਕੰਮ ਕੀਤਾ, ਪਸੰਦ ਆ ਗਿਆ। ਫਿਰ ਮੇਰੇ ਹੋਰ ਫਰੈਂਡ ਸੀ, ਅੱਗੋਂ ਬਲਜਿੰਦਰ ਦੇ ਮੰਮਾ, ਮੈਂ ਉਹਨਾਂ ਨਾਲ ਗੱਲ ਕੀਤੀ, ਉਹ ਵੀ ਤਿਆਰ ਹੋ ਗਏ। ਫਿਰ ਇਸ਼ਿਕਾ ਸੀ, ਉਹ ਵੀ ਤਿਆਰ ਹੋ ਗਏ। ਬਲਜਿੰਦਰ ਹੁਣੀ ਤੁਹਾਨੂੰ ਆਪਣੇ ਬਾਰੇ ਦੱਸਣਗੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇਹ ਭੈਣ ਜੀ ਜਸਬੀਰ ਨੇ, ਮੈਂ ਇੱਕ ਦਿਨ ਇਹਨਾਂ ਦੀ ਵੀਡੀਓ ਦੇਖੀ ਅਤੇ ਮੈਨੂੰ ਬਹੁਤ ਚੰਗੀ ਲੱਗੀ ਇਹਨਾਂ ਦੀ ਵੀਡੀਓ। ਪਰ ਮੈਨੂੰ ਤਾਂ ਚਲੋ ਸਮਝ ਲਓ ਕਿ ਸ਼ੌਂਕ ਸੀ ਵੀ, ਅਤੇ ਮੇਰੀ ਬੇਟੀ ਨੂੰ ਬੜਾ ਸ਼ੌਂਕ ਸੀ। ਮੈਂ ਆਪਣੀ ਬੇਟੀ ਨਾਲ ਗੱਲ ਕੀਤੀ ਜੋ ਕਿ ਗੌਰਮੈਂਟ ਜੋਬ ਕਰਦੇ ਆ, ਅਤੇ ਉਹਨੂੰ ਉਹ ਬੜਾ ਖੁਸ਼ ਹੋਈ। ਉਹਨੇ ਕਿਹਾ ਕਿ ਮੈਨੂੰ ਆਂਟੀ ਨਾਲ ਗੱਲ ਕਰੋ ਤੁਸੀਂ, ਅਤੇ ਮੈਂ ਇਹਨਾਂ ਨਾਲ ਗੱਲ ਕੀਤੀ ਅਤੇ ਇਹ ਸਭ ਹੋ ਜਾਂਦੇ ਵੀ ਹੋਰ ਕੀ ਸਾਨੂੰ ਚਾਹੀਦਾ ਹੈ, ਅਤੇ ਚਲੋ ਸਾਡੀ ਟੀਮ ਦੇ ਮੈਂਬਰ ਬਣੋ। ਅਤੇ ਬੇਟੀ ਮੇਰੀ ਨੇ ਇਹਨਾਂ ਨਾਲ ਕੰਮ ਕੀਤਾ, ਸਾਨੂੰ ਬਹੁਤ ਚੰਗਾ ਲੱਗਾ ਇਹਨਾਂ ਨਾਲ ਕੰਮ ਕਰਕੇ। ਹੈਲੋ ਐਵਰੀਵਨ, ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ। ਅਤੇ ਤੁਸੀਂ ਵੇਖਿਆ ਗਿਆ ਮੈਨੂੰ ਵੀਡੀਓਜ਼ ਦੇ ਵਿੱਚ, ਅਤੇ ਮੈਨੂੰ ਸ਼ੁਰੂ ਤੋਂ ਹੀ ਮਤਲਬ ਕਿ ਸਕੂਲ ਟਾਈਮ ਵੀ ਮੈਂ ਪਲੇ ਦੇ ਵਿੱਚ ਪਾਰਟੀਸਪੇਟ ਕਰਿਆ ਕਰਦੀ ਸੀ, ਅਤੇ ਹੁਣ ਮੈਨੂੰ ਜਦੋਂ ਆਂਟੀ ਨੂੰ ਮੈਂ ਦੇਖਿਆ ਐਕਟ ਕਰਦੇ, ਸ਼ਮੀ ਦੀ ਨੂੰ ਦੇਖਿਆ, ਅਤੇ ਇਹਨਾਂ ਨੂੰ ਦੇਖ ਕੇ ਮੈਨੂੰ ਬੜੀ ਖੁਸ਼ੀ ਹੋਈ। ਮੈਨੂੰ ਮਤਲਬ ਕਿ ਮੈਂ ਉਹਨੂੰ ਫਿਰ ਫੋਨ ਕੀਤਾ ਉਸ ਵੇਲੇ ਆਂਟੀ ਨੂੰ ਕਿ ਮੈਨੂੰ ਵੀ ਇਨਕਲੂਡ ਕਰੋ ਆਪਣੀ ਫੈਮਿਲੀ ਦੇ ਵਿੱਚ। ਅਤੇ ਮੈਂ ਵੈਸੇ ਤਾਂ ਗਵਰਨਮੈਂਟ ਜੋਬ ਕਰਦੀ ਹਾਂ, ਅਤੇ ਮੈਨੂੰ ਸਿਰਫ ਸੈਟਰਡੇ ਔਰ ਸੰਡੇ ਔਫ ਹੁੰਦਾ ਆ, ਅਤੇ ਇਹਨਾਂ ਦੋਨਾਂ ਦਿਨਾਂ ਦੇ ਵਿੱਚ ਹੀ ਮੈਂ ਕੋਸ਼ਿਸ਼ ਕਰਦੀ ਹਾਂ ਕਿ ਚਲੋ ਵੱਧ ਤੋਂ ਵੱਧ ਅਸੀਂ ਵੀਡੀਓਜ਼ ਜਿਹੜੀਆਂ ਆ ਉਹ ਬਣਾ ਸਕੀਏ, ਅਤੇ ਇਹੋ ਜਿਹੀ ਵੀਡੀਓਜ਼ ਬਣਾਈਏ ਕਿ ਜਿਹਦੇ ਨਾਲ ਸਮਾਜ ਦੇ ਵਿੱਚ ਇੱਕ ਚੰਗੀ ਸਿੱਖਿਆ ਜਾਵੇ। ਅਤੇ ਚਲੋ ਮੇਰਾ ਸ਼ੌਂਕ ਕਹਿ ਲਓ ਜਾਂ ਕੁਛ ਕਹਿ ਲਓ, ਅਤੇ ਉਹ ਮੈਨੂੰ ਮਤਲਬ ਕਿ ਮਿਲ ਗਿਆ ਅੱਗੇ। ਮੈਂ ਸ਼ਮੀ ਦੀਦੀ ਨੂੰ ਬਹੁਤ ਥੈਂਕ ਯੂ ਕਰਦੀ ਹਾਂ ਅਤੇ ਆਂਟੀ ਦਾ ਵੀ। ਅਤੇ ਹੁਣ ਤੁਸੀਂ ਮਿਲੋ ਇਸ਼ਿਕਾ ਜੀ ਨੂੰ। ਇਸ਼ਿਕਾ ਜੀ ਵੀ ਸਾਡੀ ਵੀਡੀਓ 'ਚ ਕੰਮ ਕਰਦੀ ਹੈ। ਛੋਟੀ ਹਾਂ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੇਰਾ ਨਾਮ ਇਸ਼ਿਕਾ ਹੈ ਅਤੇ ਮੈਂ ਇੱਕ ਸਟੂਡੈਂਟ ਹਾਂ, ਅਤੇ ਮੈਂ 7th ਕਲਾਸ ਦੇ ਵਿੱਚ ਪੜ੍ਹਦੀ ਹਾਂ। ਮੈਨੂੰ ਮਤਲਬ ਸਟਾਰਟਿੰਗ 'ਤੇ ਜਿਵੇਂ ਮਤਲਬ ਮੈਂ 5 ਈਅਰਸ ਦੀ ਸੀ, ਅਤੇ ਉਦੋਂ ਦੀ ਮੈਨੂੰ ਐਕਟਿੰਗ ਦਾ ਬਹੁਤ ਸ਼ੌਂਕ ਸੀ, ਅਤੇ ਫਿਰ ਮੈਂ ਇਹਨਾਂ ਦੀਆਂ ਵੀਡੀਓਜ਼ ਦੇਖੀਆਂ ਅਤੇ ਮੈਨੂੰ ਬਹੁਤ ਪਸੰਦ ਆਈਆਂ। ਅਤੇ ਮੇਰੇ ਮੰਮਾ ਮਤਲਬ ਮੇਰੇ ਦਾਦੀ ਇਹਨਾਂ ਨੂੰ ਜਾਣਦੇ ਸੀ, ਅਤੇ ਫਿਰ ਮੈਂ ਇਹਨਾਂ ਨੂੰ ਕਿਹਾ ਕਿ ਮੈਨੂੰ ਵੀ ਮਤਲਬ ਇਹਨਾਂ ਦੇ ਵੀਡੀਓ ਦੇ ਵਿੱਚ ਰੋਲ ਚਾਹੀਦਾ, ਅਤੇ ਉਹਨਾਂ ਨਾਲ ਇਹਨਾਂ ਨੇ ਗੱਲ ਕੀਤੀ, ਅਤੇ ਫਿਰ ਮਤਲਬ ਮੈਨੂੰ ਬਹੁਤ ਚੰਗਾ ਲੱਗਾ ਜਦੋਂ ਮੈਂ ਇਹਨਾਂ ਨਾਲ ਪਹਿਲੇ ਕੰਮ ਕੀਤਾ। ਅਤੇ ਮਤਲਬ ਹੁਣ ਟੀਮ ਤੋਂ ਮਤਲਬ ਮੈਨੂੰ ਇਹਨਾਂ ਸਾਰਿਆਂ ਦੇ ਨਾਲ ਇੱਕ ਫੈਮਿਲੀ ਵਾਲੀ ਫੀਲ ਆਉਂਦੀ ਹੈ। ਥੈਂਕ ਯੂ ਸੋ ਮੱਚ ਮੈਨੂੰ ਆਪਣੇ ਮਤਲਬ ਵੀਡੀਓਜ਼ 'ਚ ਲੈਣ ਲਈ। ਥੈਂਕ ਯੂ ਸੋ ਮੱਚ, ਥੈਂਕ ਯੂ ਸੋ ਮੱਚ ਸਾਡੀ ਵੀਡੀਓ 'ਚ ਆਉਣ ਲਈ। ਅਤੇ ਹੁਣ ਸਾਡਾ ਇੱਕ ਮੈਂਬਰ ਅਜੇ ਰਹਿੰਦਾ ਵਾ, ਅਤੇ ਉਹਦੇ ਨਾਲ ਵੀ ਅਸੀਂ ਇੰਟਰੋ ਕਰਾ ਰਹੇ ਹਾਂ। ਮਨਦੀਪ ਦੀਦੀ ਤੇ ਮੁਸਕਾਨ ਹੈਗੀ ਆ, ਇੱਕ ਮਨਦੀਪ ਦੀਦੀ ਦੀ ਬੇਟੀ ਆ ਮੁਸਕਾਨ, ਤੇ ਮੁਸਕਾਨ ਅੱਜ ਆ ਨਹੀਂ ਸਕੀ। ਹਾਂਜੀ, ਉਹਨੂੰ ਕੋਈ ਕੰਮ ਪੈ ਗਿਆ ਸੀ, ਉਹ ਇਸ ਕਰਕੇ ਨਹੀਂ ਆ ਸਕੀ। ਉਹਦੇ ਮੰਮਾ ਆਏ ਨੇ। ਮਨਦੀਪ ਦੀਦੀ ਨਾਲ ਹੁਣ ਤੁਸੀਂ ਗੱਲ ਕਰੋ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਮਨਦੀਪ ਕੌਰ ਆ, ਮੇਰੀ ਬੇਟੀ ਦਾ ਨਾਮ ਮੁਸਕਾਨ ਆ, ਅਤੇ ਆਂਟੀਆਂ ਘਰ ਮੈਂ ਕੰਮ ਕਰਦੀ ਹਾਂ, ਅਤੇ ਮੈਂ ਬਹੁਤਾ ਬੋਲ ਨਹੀਂ ਸਕਦੀ ਕੈਮਰੇ ਗਾੜੀ, ਆਂਟੀਆਂ ਨੂੰ ਪੁੱਛ। ਹਾਂਜੀ, ਇਹਨਾਂ ਦੀ ਬੇਟੀ ਦਾ ਨਾਮ ਮੁਸਕਾਨ ਹੈ, ਇਹ ਸਾਡੇ ਘਰ ਨਾ ਕੰਮ ਕਰਦੀ ਹੈ, ਭੈਣ ਜੀ ਜਸਬੀਰ ਘਰ ਅਤੇ ਸਾਡੇ ਘਰ ਬੇਚਾਰੀ ਦਾ ਵੀ ਕੋਈ ਘਰੋਂ ਬਹੁਤ ਗਰੀਬ ਹੈਗੀ ਹੈ, ਤੇ ਬਾਕੀ ਇਹਦੀ ਹੈਲਪ ਹੋ ਜੂਗੀ। ਹਾਂਜੀ, ਤੁਸੀਂ ਬੋਲ ਦੋ।
काफ़ी ज़्यादा टेंशन 'च रही सी इस करके इन्हें देखिया इन्हें सानू कि तुसी एक्टिंग लगी हुई जो आप भी इन्हों पहले दिन लगवाया तो कह रही थी कि मेरे को हो नहीं पाएगा लेकिन थैंक्स टीम का कि जिन्होंने सारिया ने इन्हों सिखाया कोशिश हो रही है कि थोड़ा थोड़ा होर सीख जाए लेकिन टेक ज़्यादा लेंदी लेकिन सानू इस गल की कोई गल नहीं हैगी एक काम अच्छा कर रही है भी अं यो चाहते कि चलो एक गरीब की चलो मदद हो जाए तो इस तो वीडी कोई गल नहीं है बाकी ये साड़ी ना मनदीप साड़ी वीडियोज़ की रौनक होंगी है क्योंकि जो असं बार बार टेक लें ना तो जो कोई हासे वाली गल हो जाती है जो मूँह चो गलत गल निकल जाती है तो सुन वाली थी सब तो गल कर रही जो ए टेक लें अद्धा किलो खून हर बंद का बच्चा ठीक है क्योंकि ये जिन्ना करो तो उन्ना ही बोल दी अगो वह चुप ही कर दिखती है जहाँ हसूगी बाकी इन आप हौली हौली सिखा रहे हैं तो कोई गल नहीं घेंट लगती है बट फिर नेरा जल्दी हो जाता है तो साढ़े को टाइम नहीं होंगे फिर सैटरडे संडे जो भी टाइम मिलता है ना उदो असी कोशिश करते हैं कि दो तीन वीडियोज जो बना के रख लीए तो पूरी असी मेहनत असी कर रहे हैं इस काम के स्टडी ट्यूशन क्लास लगे हाँ जी मतलब पहले स्कूल टाइम च मैनू भी बहुत प्रॉब्लम्स होंगे सी मतलब टाइम कट के ट्यूशन स्कूल चो बट हूँ जो छुट्टियां पाइया हूँ मैं ना मतलब वो तो टाइम स्पेंड करती हाँ तो इतने आके वीडियोज़ बना तो मतलब जी भी तुम्हें लगे कि मेरी आवाज़ घट है या कोई प्रॉब्लम आए मतलब मेरी एक्टिंग दे तो कमेंट च जरूर दसना अगो आई होप्स हो कि तुम मतलब मेरी एक्टिंग बहुत पसंद आँदी होगी तो इन्ना सारे ਸਾਨੂੰ ਆਪਣੀਆਂ ਕਮੀਆਂ ਦੇ ਉੱਤੇ ਪਤਾ ਨਹੀਂ ਲੱਗਦਾ ਕਿ ਸਾਡੇ ਵਿੱਚ ਕੀ ਕਮੀ ਹੈ ਤੁਸੀਂ ਦੇਖਦੇ ਜੇ ਪਤਾ ਲੱਗੇ ਤਾਂ ਤੁਸੀਂ ਹੀ ਸਾਨੂੰ ਦੱਸਣਿਆ ਕਿ ਸਾਡੇ ਵਿੱਚ ਕੀ ਕਮੀਆਂ ਵਾ ਤੇ ਸੋ ਇਹ ਸਾਨੂੰ ਜ਼ਰੂਰ ਦੱਸਣਾ ਬਾਕੀ ਆਪਾਂ ਇੱਕੋ ਹੀ ਕਲੋਨੀ ਦੇ ਰਹਿਣ ਵਾਲੇ ਆ ਸਾਰੇ ਜਣੇ ਤਰਨਤਾਰਨ ਰੋਡ ਗੱਡਾ ਸਿੰਘ ਕਲੋਨੀ 'ਚ ਮੈਂ ਰਹਿੰਦੀ ਆ ਸਾਰੇ ਪੁੱਛਦੇ ਸ਼ਾਮੀ ਦੀਦੀ ਕਿੱਥੇ ਰਹਿੰਦੇ ਹੋ ਕਿੱਥੇ ਰਹਿੰਦੇ ਹੋ ਗੱਡਾ ਸਿੰਘ ਕਲੋਨੀ ਤਰਨਤਾਰਨ ਰੋਡ ਰਹਿੰਦੀ ਮੈਂ ਤੇ ਇਹ ਮੇਰੀ ਕਲੋਨੀ ਦੇ ਹੀ ਸਾਰੇ ਮੈਂਬਰ ਨੇ ਤੇ ਹੁਣ ਫੈਮਿਲੀ ਬਣ ਚੁੱਕੀ ਆ ਅਸੀਂ ਹੈਲੋ ਇਹ ਹੈਗੀ ਆ ਪੀਹੂ ਸ਼ਰਮਾ ਇਹ ਜਸਬੀਰ ਆਂਟੀ ਦੇ ਮਤਲਬ ਦੋਤੀ ਹੈਗੀ ਆ ਅਤੇ ਇਹ ਛੁੱਟੀਆਂ ਕੱਟਣ ਆਈ ਸੀ ਅਤੇ ਇਹਦੇ ਨਾਲ ਵੀ ਆਪਾਂ ਵੀਡੀਓ ਬਣਾਈਆਂ ਹੋਈਆਂ ਵਾਂ ਛੋਟੀਆਂ ਵੀ ਸ਼ੇਅਰ ਚੈਟ 'ਤੇ ਵੀ ਪਾਵਾਂਗੇ ਸ਼ੇਅਰ ਚੈਟ 'ਤੇ ਵੀ ਮੇਰਾ ਚੈਨਲ ਹੈਗਾ ਸ਼ੰਮੀ ਢਿੱਲੋਂ ਦੇ ਨਾਂ 'ਤੇ ਅਤੇ ਉੱਥੇ ਵੀ ਫੋਲੋ ਜ਼ਰੂਰ ਕਰਿਓ ਮੈਨੂੰ ਅਤੇ ਪੀਹੂ ਦੇ ਨਾਲ ਵੀ ਆਪਾਂ ਸ਼ੋਰਟ ਵੀਡੀਓ ਬਣਾਈਆਂ ਵਾਂ ਕੋਮੇਡੀਅਨ ਅਤੇ ਉਹ ਵੀ ਪਾਉਣੀਆਂ ਹੈ ਅਤੇ ਜ਼ਰੂਰ ਦੇਖਿਓ ਅਤੇ ਦੇਖੋ ਕਿੰਨੀ ਪਿਆਰੀ ਬੱਚੀ ਆ ਅਤੇ ਇਹ ਕੌਣ ਹੈ ਬਹੁਤ ਪਿਆਰੀ ਇਹ ਸ਼ੰਮੀ ਢਿੱਲੋਂ ਔਰ ਇਹ ਕੌਣ ਹੈ ये कौन है पूरी फैन है गी ये बताओ ये कौन है ये कौन है इशिका वेरी गुड और ये कौन है बलजिंदर और वो कौन है बलजिंदर की मम्मा वेरी गुड ये कौन है पूरी एंटी वन चलो बाय कर दो सब को वीडियो जरूर देखना मेरे नाल बाकी थैंक यू सो मच सारे बाय बाय ये पिकी वेट तो आई है मेरा पिंड है का पिकी वेट ये इंट्रो भी आपा तानू देती है साधु पिंड नचदा सी बड़ी बारिश आउंदी जो भी नचदा सी बहुत ज्यादा बारिश आउंदी कुछ होर पिंड तो कोई मुंडे आए चार पंज बदल हुंदा वा थोड़ा थोड़ा नचण लग पैंदे आ पर बारिश नहीं हुंदी उहनां वारी उह दो घंटे नचदे आ तीन घंटे नचदे आ हद तों वध मतलब चार घंटे नचदे आ ते बस उहनां दी बस हो जांदी आ कहते आप नच के हूँ हार गए बारिश नहीं होंगी हैगी आप बह गए साधु फिर नचे की कहते हैं
ਬਹੁਤ ਸਾਧੂ ਫਿਰ ਨੱਚਣ ਲੱਗ ਪੈਂਦਾ ਵਾ ਉਹ ਨੱਚਦਾ ਜਾਂਦਾ ਨੱਚਦਾ ਜਾਂਦਾ ਨੱਚਦਾ ਜਾਂਦਾ 2 ਘੰਟੇ ਨੱਚਦਾ 4 ਘੰਟੇ ਨੱਚਦਾ 6 ਘੰਟੇ ਨੱਚਦਾ 6 ਘੰਟੇ ਹੀ ਮੁੰਡੇ ਨੱਚੇ ਸੀ ਪਰ ਸਾਧੂ ਵਰੀ ਵੀ 6 ਘੰਟੇ 'ਚ ਬਾਰਿਸ਼ ਨਹੀਂ ਹੋਈ ਸਾਧੂ ਨੇ ਕੀ ਕੀਤਾ ਹਟਣ ਦਾ ਨਾਂ ਹੀ ਨਹੀਂ ਲੈਣ ਦਿਆ 8 ਘੰਟੇ 10 ਘੰਟੇ ਉਹ ਸਾਰੀ ਰਾਤ ਨੱਚਣ ਲੱਗਾ ਰਿਹਾ ਐਂਡ ਤੇ ਬਾਰਿਸ਼ ਨੂੰ ਹੋਣਾ ਹੀ ਪਿਆ ਇਸ ਕਰਕੇ ਮੈਂ ਤੁਹਾਨੂੰ ਇਹ ਸਟੋਰੀ ਤਾਂ ਸੁਣਾਈ ਆ ਕਿ ਮਨ 'ਚ ਠਾਣ ਲਓ ਕਿ ਆਹ ਕੰਮ ਅਸੀਂ ਕਰਨਾ ਵਾ ਅਤੇ ਉਹਦੇ 'ਚ ਵਿਸ਼ਵਾਸ ਰੱਖੋ ਸਾਧੂ ਨੂੰ ਵਿਸ਼ਵਾਸ ਸੀ ਕਿ ਬਾਰਿਸ਼ ਹੋਣੀ ਆ ਮੈਂ ਉਦੋਂ ਤੱਕ ਨੱਚਣਾ ਵਾ ਜਦੋਂ ਤੱਕ ਬਾਰਿਸ਼ ਹੁੰਦੀ ਨਹੀਂ ਆ ਉਹ ਹਾਲ ਸਾਡਾ ਵਾ ਕਿ ਆਪਾਂ ਵੀ ਇਸੇ ਥੀਮ 'ਚ ਲੱਗੇ ਹੋਏ ਹਾਂ ਕਿ ਅਸੀਂ ਇੰਨੀ ਮਿਹਨਤ ਕਰਨੀ ਆ ਇੰਨੀ ਮਿਹਨਤ ਕਰਨੀ ਆ ਕਿ ਜਦੋਂ ਤੱਕ ਸਾਡਾ ਜਿਹੜਾ ਏਮ ਆ ਸਕਸੈਸ ਜਿਹੜੀ ਆ ਸਾਨੂੰ ਹਾਸਲ ਨਹੀਂ ਹੋ ਸਕਦੀ ਅਤੇ ਸਾਰੇ ਮਤਲਬ ਜਿਹੜੇ ਟੀਮ ਮੈਂਬਰ ਆ ਬਹੁਤ ਮਿਹਨਤੀ ਆ ਮਤਲਬ ਜੇ ਮੈਂ ਨਾ ਫੋਨ ਕਰਾਂ ਇਹਨਾਂ ਦਾ ਫੋਨ ਮੈਨੂੰ ਆ ਜਾਂਦਾ ਵਾ ਕਈ ਵੇਲੇ ਮੈਂ ਕਈ ਵੇਲੇ ਤੁਹਾਨੂੰ ਪਤਾ ਸੁਸਤੀ ਜੀ ਤਾਂ ਦੇਣਾ ਮੈਨੂੰ ਹੁੰਦਾ ਮੈਂ ਘੜੀ ਲੰਬੇ ਬਹਿ ਜਾਏ ਸੀ ਅੱਗੇ ਫਿਰ ਉਹ ਮੈਨੂੰ ਫੋਨ ਕਰਦੇ ਆ ਮੈਨੂੰ ਬੜੀ ਐਕਸਾਈਟਮੈਂਟ ਹੁੰਦੀ ਆ ਯਾਰ ਉਹ ਮੈਨੂੰ ਉਡੀਕਦੇ ਆ ਵੇਟ ਕਰ ਰਹੇ ਆ ਮੇਰੀ ਮੈਂ ਜਾਵਾਂ ਹੈ ਨਾ ਅਤੇ ਜੇ ਮੈਂ ਨਾ ਆਵਾਂ ਤਾਂ ਉਹਨਾਂ ਦਾ ਫੋਨ ਆ ਜਾਂਦਾ ਮਤਲਬ ਇੱਦਾਂ ਹੀ ਅਸੀਂ ਇੱਕ ਦੂਜੇ ਨੂੰ ਜਿਹੜਾ ਵਾ ਉਤਸ਼ਾਹਿਤ ਕਰਦੇ ਆ ਕਿ ਆਪਾਂ ਵੱਧ ਤੋਂ ਵੱਧ ਕੰਮ ਕਰੀਏ ਅਤੇ ਇੰਜੋਇਮੈਂਟ ਵੀ ਬੜੀ ਕਰੀਦੀ ਆ ਜਦੋਂ ਆਪਾਂ ਵੀਡੀਓ ਬਣਾਉਂਦੇ ਹਾਂ ਬਹੁਤ ਜ਼ਿਆਦਾ ਇੰਜੋਇਮੈਂਟ ਕਰਦੇ ਹਾਂ ਕਿਉਂਕਿ ਜਦੋਂ ਵਾਰ ਵਾਰ ਡਾਇਲੋਗ ਬੋਲਦੇ ਹਾਂ ਕਈ ਵੇਲੇ ਹਾਸਾ ਆ ਜਾਂਦਾ ਇੱਦਾਂ ਹੀ ਇੱਦਾਂ ਕਿਸੇ ਕੋਈ ਗਲਤ ਬੋਲ ਦਿੰਦਾ ਵਾ ਅਤੇ ਬੜਾ ਉਹ ਹੱਸ ਖੇਡ ਵੀ ਲਈਦਾ ਵਾ ਅਤੇ ਬਹੁਤ ਵਧੀਆ ਲੱਗ ਰਿਹਾ ਹੈ ਕੰਮ ਕਰਕੇ ਅਤੇ ਬਾਕੀ ਤੁਹਾਡੇ ਸਾਥ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਵੱਧ ਤੋਂ ਵੱਧ ਮਤਲਬ ਸਾਥ ਦਿਆ ਕਰੋ ਵੱਧ ਤੋਂ ਵੱਧ ਫੈਮਿਲੀ ਮੈਂਬਰ ਮੇਰੇ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਵੱਧ ਤੋਂ ਵੱਧ ਮੈਂਬਰ ਜਿਹੜੇ ਹੋਰ ਸ਼ਾਮਿਲ ਹੋਣ ਅਤੇ ਮੇਰੀ ਫੈਮਿਲੀ ਜਿਹੜੀ ਵੱਡੀ ਹੁੰਦੀ ਜਾਵੇ ਮੈਨੂੰ ਇਹੀ ਆਸ ਆ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਕਿੱਦਾਂ ਦੀ ਤੁਹਾਨੂੰ ਲੱਗੀ ਆ ਜ਼ਰੂਰ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਅਤੇ ਜਿਨ੍ਹਾਂ ਨੇ ਚੈਨਲ ਨਹੀਂ ਸਾਡਾ ਸਬਸਕ੍ਰਾਈਬ ਕੀਤਾ ਉਹ ਪਲੀਜ਼ ਸਾਡਾ ਜਿਹੜਾ ਚੈਨਲ ਆ ਜ਼ਰੂਰ ਸਬਸਕ੍ਰਾਈਬ ਕਰਨਾ ਅਤੇ ਬਾਕੀ ਜੋ ਤੁਸੀਂ ਜੋ ਵੀ ਤੁਹਾਡੀ ਇੱਛਾ ਹੋਏਗੀ ਉਹ ਮੈਂ ਪੂਰੀ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੀ ਕਿਉਂਕਿ ਮੈਂ ਤੁਹਾਡੇ ਹਰ ਇੱਕ ਦੇ ਕਮੈਂਟ ਪੜ੍ਹਦੀ ਹਾਂ ਜੋ ਤੁਸੀਂ ਕਹਿੰਦੇ ਮੈਂ ਉਹੀ ਚੀਜ਼ ਤੁਹਾਨੂੰ ਦਿਖਾਉਂਦੀ ਹਾਂ ਅਤੇ ਬਾਕੀ ਬਹੁਤ ਬਹੁਤ ਥੈਂਕ ਯੂ ਸੋ ਮੱਚ ਆ ਅਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਕਿ ਸਾਡੀ ਤੁਸੀਂ ਵੀਡੀਓ ਨੂੰ ਦੇਖਦੇ ਹੋ ਅਤੇ ਲਾਈਕ ਕਰਦੇ ਹੋ ਓਕੇ ਜੀ ਥੈਂਕ ਯੂ ਥੈਂਕ ਯੂ ਸੋ ਮੱਚ ਜੀ